ਸਵੇਰੇ ਮੁਹੱਲਾ ਸ਼ਹਿਰੀਆਂ ਵਿਖੇ ਇੱਕ ਕਬਾੜੀਏ ਦੇ ਗੋਦਾਮ 'ਚ ਅਚਾਨਕ ਅੱਗ ਲੱਗਣ ਕਾਰਨ ਗੋਦਾਮ 'ਚ ਪਿਆ ਲਗਭਗ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਕਬਾੜੀਏ ਦਾ ਲਗਭਗ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੌਰਵ ਕੁਮਾਰ ਗੋਲਡੀ ਨੇ ਦੱਸਿਆ ਕਿ ਉਹ ਅੱਜ ਸਵੇਰੇ ਜਦੋਂ ਲਗਭਗ 5 ਵਜੇ ਉੱਠਿਆ ਤਾਂ ਉਸ ਸਮੇਂ ਤੱਕ ਸਭ ਕੁਝ ਠੀਕ ਠਾਕ ਸੀ ਅਤੇ ਅਚਾਨਕ ਬਾਅਦ ਵਿੱਚ ਗੋਦਾਮ 'ਚੋਂ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ, ਜਿਸ 'ਤੇ ਉਹਨਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਦੁਕਾਨ ਮਾਲਕ ਨੇ ਦੱਸਿਆ ਕਿ ਉਸਦਾ ਇਸ ਅੱਗ ਕਾਰਨ ਲਗਭਗ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ। ਕੀ ਨਾਮ ਭਾਜੀ? ਗੌਰਵ ਕੁਮਾਰ ਗੋਲਡੀ। ਅੱਛਾ ਜੀ, ਇਹ ਕਿੱਥੇ ਲੱਗੀ ਭਾਜੀ ਅੱਗ? ਪਤਾ ਨਹੀਂ, ਪਰ 5:30 ਵਜੇ ਤਾਂ ਬਿਲਕੁਲ ਸਹੀ ਸੀਗਾ, 4 ਵਜੇ ਮੋਹਾਲੀ ਦਾ ਬਾਅਦ ਉਸ ਤੋਂ ਬਾਅਦ ਯਕਦਮ ਹੀ ਅੱਗ ਲੱਗ ਗਈ। ਜਿੰਨਾ ਕੁਝ ਤੁਸੀਂ ਚੀਜ਼ ਸਿੱਟੀ ਆ, ਕੀ ਰੱਬ ਜਾਣੇ ਕੀ ਹੋਇਆ ਕੀ ਨਹੀਂ ਹੋਇਆ। ਅੱਛਾ ਜੀ, ਕਿੰਨਾ ਭਾਜੀ ਨੁਕਸਾਨ ਹੋਇਆ ਤੁਹਾਡਾ? ਮੇਰਾ 30 ਲੱਖ ਰੁਪਏ ਦਾ ਮਾਲ ਪਿਆ ਸੀ ਪੱਲੇ ਮਣੇ, ਜਿਹੜਾ ਜਾਣਾ ਸੀਗਾ। ਅੱਛਾ ਜੀ, ਹਾਂਜੀ, ਸਾਰਾ ਮਾਲ ਟੋਟਲ ਸਰ ਗਿਆ। ਕੀ ਸੀਗਾ ਵਿੱਚ? ਲੋਹਿਆ ਸੀਗਾ, ਤਾਂਬਾ ਪਿੱਤਲ ਸੀਗਾ, ਪਲਾਸਟਿਕ ਸੀਗਾ, ਹਾਰਡ ਬੋਤਲ ਸੀਗੀ, ਗੱਤਾ ਸੀਗਾ, ਬਹੁਤ ਜ਼ਿਆਦਾ ਮਾਲ ਸੀ। ਗਦਾਮ ਸਰ ਬਾਹਰ ਟੰਗਾਇਆ ਪਿਆ ਭਲੇ ਨਾਲ, ਮੇਰਾ ਸੋਮਵਾਰ ਮਾਲ ਭੇਜਣਾ ਸੀਗਾ। ਹਾਂਜੀ ਭਾਅ ਜੀ, ਕੀ ਨਾਮ ਜੀ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਫਾਇਰਮੈਨ ਐਜ਼ ਏ ਫਾਇਰਮੈਨ। ਅੱਛਾ ਜੀ, ਇਹ ਭਾਅ ਜੀ ਕਿੰਨੇ ਕੁ ਵਜੇ ਤੁਹਾਨੂੰ ਖਬਰ ਪਤਾ ਲੱਗੀ ਕਿ ਇੱਥੇ ਅੱਗ ਲੱਗ ਗਈ ਹੈ? 7:30 ਸਾਨੂੰ ਫੋਨ ਆਇਆ ਕਿ ਇੱਥੇ ਅੱਗ ਲੱਗ, ਕਬਾੜ ਦੇ ਅੱਗ ਲੱਗ ਗਈ ਹੈ। ਅੱਛਾ ਜੀ, ਅਸੀਂ 5 ਮਿੰਟ ਦੇ ਅੰਦਰ ਇੱਥੇ ਪਹੁੰਚ ਗਏ। ਅੱਛਾ, ਜਦੋਂ ਆ ਕੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ, ਨਾਲ ਹੀ ਅਸੀਂ ਦੂਜੀ ਗੱਡੀ ਦਾ ਵੀ ਕਰਤਾ ਕਿ ਹਾਂ ਵੀ ਇੱਥੇ ਦੂਜੀ ਗੱਡੀ ਦਾ ਆਪਣੇ ਕਰਤਾ ਕਿ ਦੂਜੀ ਗੱਡੀ ਵੀ ਚਾਹੀਦੀ ਹੈ। ਦੋਵਾਂ ਗੱਡੀਆਂ ਨਾਲ ਅਸੀਂ ਕਾਫੀ ਹੱਦ ਤੱਕ ਅੱਗ ਕਾਫੀ ਛੇਤੀ ਅੱਗ 'ਤੇ ਕੰਟਰੋਲ ਕਰ ਲਿਆ। ਅੱਛਾ ਜੀ, ਹਾਂਜੀ, ਅਤੇ ਭਾਅ ਜੀ ਕਿੰਨਾ ਕੁ ਨੁਕਸਾਨ ਹੈਗਾ? ਨੁਕਸਾਨ ਸਰ, ਕਬਾੜ ਜਿੰਨਾ ਵੀ ਕਬਾੜ ਸੀ ਉਹੀ ਆ ਸਾਰਾ, ਉਹੀ ਸੜ ਗਿਆ ਜੀ। ਤੇਲ ਦੇ ਫਿਲਟਰ ਹੋਣ ਕਰਕੇ ਇਹਨੂੰ ਥੋੜ੍ਹਾ ਜਿਹਾ ਟਾਈਮ ਲੱਗਾ, ਬਾਕੀ ਤਾਂ ਸਾਰੀ ਛੇਤੀ ਕੰਟਰੋਲ ਕਰ ਲਿਆ। ਅੱਛਾ ਜੀ, ਅਤੇ ਕਿੰਨੀਆਂ ਗੱਡੀਆਂ ਲੱਗੀਆਂ ਭਾਅ ਜੀ ਤੁਹਾਡੀਆਂ ਟੋਟਲ? 3 ਗੱਡੀ ਆ ਜੀ, 3 ਗੱਡੀਆਂ ਲੱਗੀਆਂ। ਹੁਣ ਹੋਰ ਆਉਣ ਦੀ ਸੰਭਾਵਨਾ? ਹੁਣ ਬਸ ਜੀ, ਬਸ ਹੁਣ ਥੋੜ੍ਹਾ ਮਾੜਾ ਮੋਟਾ ਹੀ ਆ ਬਸ। ਓਕੇ।